ਕਹਿੰਦੇ ਸੁਖਮੰਦੀ ਯਾਦ ਦੇ ਵਿੱਚ ਹੀ ਦਿੱਤੇ ਜਾਣੇ ਨੇ। ਪ੍ਰਧਾਨ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਲਓ ਜੁੜੀ ਖੇਡ ਮੈਦਾਨ ਦੇ ਪਹਿਲੀ ਕਬੱਡੀ ਦੇ ਉੱਪਰ ਜਲਾਲਪੁਰੀ ਹੈ, ਜੇ ਡੇਢ ਨੰਬਰ ਦਾ ਜੱਫਾ ਲਾ ਗਿਆ ਤੇ ਗੱਲ ਫਿਰ ਵੱਖਰੀ ਜੇ ਹੋਊ। ਲਓ ਜੱਪਾ ਜੱਪਾ ਚਰਖਾ ਚੱਲਣ ਵਾਲੀ ਗੱਲ ਹੁੰਦੀ ਹੋਈ ਬੱਲੇ ਬੱਲੇ ਆਓ ਮੇਰੀ ਸਾਮੀ ਨੌਜਵਾਨ ਆਪਾਂ। ਆਹ ਮੁੰਡਾ ਗੱਲ ਜ਼ਰੂਰ ਕਰੂਗਾ ਵੀ ਕਮਾਲਪੁਰ ਦੇ ਵਿੱਚ ਪਾਲੇ ਨਾਲ ਪੰਗਾ ਪੈ ਗਿਆ ਤੇ ਪਹਿਲਾ ਨੰਬਰ ਮੈਂ ਲੈ ਕੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਅੰਕ ਜੋੜਦਾ ਸੀਗਾ। ਲਓ ਚਾਰ ਜਾਫੀਆਂ ਦੇ ਉੱਪਰ ਫਿਰ ਹੱਲਾ ਬੋਲਣ ਦੇ ਵਾਸਤੇ ਤਿਆਰ ਬਰ ਤਿਆਰ, ਦੇਖਦੇ ਵੀ ਰਵੀ ਨੌਜਵਾਨ ਹਰਿਆਣੇ ਵਾਲਾ ਕਿ ਮੁਲਕ ਦਾ ਕੀ ਇਹ ਵੰਡਣਾ ਸੀ, ਪੰਜਾਬ ਹੀ ਵੰਡੋਇਆ। ਲਓ ਪਈ ਹੋਈ ਹਰਿਆਣੇ ਦੇ ਸ਼ੋਰੇ ਦੀ ਕਬੱਡੀ ਦੇ ਉੱਪਰ, ਪੰਜਾਬ ਦਾ ਗੱਭਰੂ ਕੌਣ ਇਹਦੇ ਪਾਸੇ ਫਿਰ ਡੱਕਣ ਦੀ ਕੋਸ਼ਿਸ਼ ਕਰਦਾ ਇੱਕ ਜ਼ੋਰ ਦੇ ਨਾਲ, ਲੱਗ ਪਊ ਜੱਫਾ ਕਿ ਨਹੀਂ ਹੰਦਿਆਂ ਦੇ ਲਾਗੇ ਚੱਲਦਾ ਸੰਘਰਸ਼। ਜੇ ਇੱਧਰ ਵੀ ਜੱਫਾ ਗੱਲ ਫਿਰ ਕਮਾਲ ਦੀ ਹੋਣੀ। ਲਓ ਕਬੱਡੀ 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 ਵਾਓ ਪੁਆਇੰਟ ਚੋਲਾ ਸਾਹਿਬ ਦੀ ਟੀਮ ਦੇ ਹਿੱਸੇ ਦੇ ਵਿੱਚ ਬਹੁਤ ਵਧੀਆ ਨੰਬਰ ਜੁੜਦਾ ਹੋਇਆ। ਜੱਗਾ ਚੱਲ ਵੀ ਜਗਿਆ ਪਾ ਫਿਰ ਰੇੜ ਕੇ ਪੰਜਾਂ ਪਾਣੀਆਂ ਨੇ, ਜਿੱਥੇ ਜਾਲ ਬੰਨਿਆ ਉਸ ਧਰਤੀ ਦੀ ਕੁੱਖ ਵਿੱਚੋਂ ਮੈਂ ਜੰਮਿਆ, ਜਿੱਥੇ ਉਗਦੀ ਸੋਨਾ ਨੀ ਜ਼ਮੀਨ ਜੱਟੀਏ, ਨੀਵੇਂ ਪੁੱਤ ਹਾਂ ਪੰਜਾਬ ਦਾ ਸ਼ੌਕੀਨ ਜੱਟੀਏ। ਸ਼ੌਕ ਕਬੱਡੀ ਖੇਡਣਾ, ਬਾਜੂ ਭਲਵਾਨ ਵੀ ਤਿਆਰ ਬਰ ਤਿਆਰ ਹੈ, ਹੈਪੀ ਵੀ ਤਿਆਰ ਹੈ, ਜਲਾਲਪੁਰੀਆ ਪਾਲਾ ਤਿਆਰ ਹੈ, ਅਰਸ਼ ਤਿਆਰ ਹੈ। ਲਓ ਚੋਲਾ ਸਾਹਿਬ ਵਾਲਾ ਹਟ ਗਿਆ ਜੱਗਾ ਪਿੱਛੇ, ਲੰਮੀ ਭਾਜ ਫਿਰ ਸੱਜੇ ਕਦੇ ਖੱਬੇ ਕਿਸੇ ਦੀ ਡਾਂਜ ਕਿਸੇ ਦੀ ਭਾਜ, ਤੇ ਦੇਖਦੇ ਵੀ ਜੱਗੇ ਦੇ ਹਿੱਸੇ ਦੇ ਵਿੱਚ ਅੰਕ ਜੁੜ ਗਿਆ। ਆ ਨੌਜਵਾਨ ਜਦੋਂ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਖੇਡਿਆ, ਇਹਦੀ ਫੁੱਲ ਚਰਚਾ ਹੋਈ ਹੈ ਵੀ ਮਾਝੇ ਦੀ ਧਰਤੀ ਦਾ ਮੱਖਣ ਸਿੰਘ ਮੱਖੀ ਕਲਾਂ ਵਾਲਾ ਸੰਧੂ ਪਰਿਵਾਰ ਦਾ ਨੌਜਵਾਨ ਇਹ ਵੀ ਉੱਡ ਉੱਡ ਕਰਦਾ ਕਬੱਡੀ ਖਿਡਾਰੀ। ਲਾ ਪਈ ਹੋਈ ਮੱਖਣ ਮੱਖੀ ਦੀ ਰੇਡ, ਕੱਪੜੇ ਲਾ ਕੇ ਵਿੱਚ ਮਦਾਨੇ ਛੂਕਦੇ ਹੀ ਨੇ ਆਉਂਦੇ, ਚਮਕਦੇ ਪਿੰਡਿਆਂ ਉੱਤੇ ਯਾਰੋ ਮਸਲ ਗੀਤ ਨੇ ਗਾਉਂਦੇ, ਖਿਡਾਰੀ ਖੇਡ ਕਬੱਡੀ ਦੇ ਪੂਰਾ ਹੁਨਰ ਵਿਖਾਉਂਦੇ ਨੇ, ਕਈ ਰੇਡਾਂ ਪਾਉਂਦੇ ਨੇ, ਕਈ ਜੱਫੇ ਲਾਉਂਦੇ ਨੇ। ਅਗਲੇ ਮੈਚ ਦੇ ਲਈ ਭਾਂਗਰ ਤੇ ਸੁਖਪੁਰ ਦੀਆਂ ਟੀਮਾਂ ਨੂੰ ਬੇਨਤੀ। ਲਓ ਜੁੜੀ ਫਿਰ ਅਗਲੀ ਰੇਡ ਦੇ ਨਾਲ, ਜਿੰਨਾ ਵੀ ਮੀਡੀਆ ਵਿਸ਼ੇ ਤੌਰ ਤੇ ਕਵਰੇਜ ਕਰ ਰਿਹਾ ਸਾਰੇ ਮੀਡੀਆ ਦਾ ਪ੍ਰਬੰਧਕਾਂ ਵੱਲੋਂ ਬਹੁਤ ਬਹੁਤ ਧੰਨਵਾਦ। ਲਓ ਬਾਜੂ ਭਲਵਾਨ ਫਿਰ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਕੌਂਕਿਆਂ ਦੀ ਟੀਮ ਦੇ ਹਿੱਸੇ ਦੇ ਵਿੱਚ ਇੱਕ ਹੋਰ ਅੰਕ ਕਬੱਡੀ ਲੱਖ ਲੱਖ ਦੀ ਜੱਫਾ ਕੱਲੇ ਕੱਲੇ ਦਾ ਮੈਦਾਨ ਦੇ ਵਿੱਚ ਦੇਖਦੇ ਵੀ ਬਹਿਜਾ ਬਹਿਜਾ ਹੋਣ ਵਾਲੀ ਗੱਲ ਬਣਦੀ ਹੋਈ। ਬਿੱਟੂ ਉਹਨਾਂ ਦਾ ਧੰਨਵਾਦ ਹੈ, ਭੋਲੇ ਵਾਲੀ ਆ ਬਿੱਟੂ ਕੋਚ ਜਿਹਨੇ ਵੀ ਟੀਮਾਂ ਲੈ ਕੇ ਆਏ ਨੇ। ਰਵੀ ਦਿਓੜਾ ਹਰਿਆਣੇ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਮੈਦਾਨ ਦੇ ਵਿੱਚ, ਚੋਲਾ ਸਾਹਿਬ ਦੀ ਟੀਮ ਦਾ ਬੰਨਿਆ ਪਰ ਬੰਨਿਆ ਕਬੱਡੀ ਖਿਡਾਰੀ ਫਿਰ ਵੇਖਦੇ ਵੀ ਪੁਆਇੰਟ ਰਵੀ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ। ਰਵੀ ਬਹਿਰੀਨ ਵੀ ਖੇਡਿਆ ਅੰਤਰਰਾਸ਼ਟਰੀ ਪੱਧਰ ਦਾ ਇੱਕ ਕਬੱਡੀ ਖਿਡਾਰੀ, ਹੁਣ ਦੇਖਦੇ ਵੀ ਕਰਾਊ ਬਹਿਜਾ ਬਹਿਜਾ। ਦਿਓਣ ਵਾਲਾ ਇਹ ਹੈ ਨੌਜਵਾਨ ਪੀਤਾ, ਬੜਾ ਤਿੱਖਾ ਜਿਹਾ ਕਬੱਡੀ ਖਿਡਾਰੀ, ਪਹਿਲਾ ਨੰਬਰ ਲੈ ਗਿਆ ਸੀਗਾ, ਦੂਸਰਾ ਦੇਖਦੇ ਹੁਣ ਕਿਧਰੇ ਪਾਸੇ ਕੀ ਗੱਲ ਬਣੂਗੀ। ਲਓ ਦਿਓਣ ਵਾਲਾ ਪੀਤਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਮੈਦਾਨ ਦੇ ਵਿੱਚ ਵੱਧਦਾ ਹੋਇਆ ਕਬੱਡੀ ਖਿਡਾਰੀ, ਕੱਪੜੇ ਲਾ ਕੇ ਵਿੱਚ ਮੈਦਾਨੇ ਛੂਕ ਰਹੀ ਨੇ ਆਉਂਦੇ, ਆਓ ਚਮਕਦੇ ਪਿੰਡਿਆਂ ਉੱਤੇ ਯਾਰੋ ਮਸਲ ਗੀਤ ਨੇ ਗਾਉਂਦੇ, ਖਿਡਾਰੀ ਖੇਡ ਕਬੱਡੀ ਦੇ ਪੂਰਾ ਹੁਨਰ ਵਿਖਾਉਂਦੇ ਨੇ, ਕਈ ਰੇਟਾਂ ਪਾਉਂਦੇ ਨੇ, ਕਈ ਜੱਫੇ ਲਾਉਂਦੇ ਨੇ। ਲਓ ਅਰਸ਼ ਚੋਲਾ ਸਾਹਿਬ ਵਾਲਾ ਡੱਕਰਣ ਦੀ ਫਿਰ ਕੋਸ਼ਿਸ਼ ਕਰਦਾ, ਦੁਨੀਆ ਦਾ ਮੰਨਿਆ ਪਰ ਮੰਨਿਆ ਕਬੱਡੀ ਖਿਡਾਰੀ, ਲੈ ਲਟੈਣ ਵਰਗਾ ਹੁਣ ਡੱਕ ਪਾਊ ਕੇ ਨਹੀਂ। ਲਓ ਪੀਤਾ ਬਹਿਜਾ ਬਹਿਜਾ ਕਰ ਆਓ ਪੈਣ, ਮੇਰੀ ਸਾਬੀ ਨੌਜਵਾਨ ਆ ਮੁੰਡੇ ਦੀਆਂ ਸਾਲ ਭਰ ਗੱਲਾਂ ਹੋਣ ਗਈਆਂ ਵੀ ਕਮਾਲਪੁਰੇ ਦੇ ਵਿੱਚ ਪੀਤੇ ਨੇ ਬਹਿਜਾ ਬਹਿਜਾ ਕਰਾਉਣ ਵਾਲੀ ਗੱਲ ਕਰਤੀ। ਲਓ ਅਗਲੀ ਕਬੱਡੀ ਦੇ ਨਾਲ ਫਿਰ ਜੁੜੀ ਹੈ ਮੈਦਾਨ ਦੇ ਵਿੱਚ ਮੱਖਣ ਮੱਖੀ ਵਾਲਾ ਵੱਧਦਾ ਹੋਇਆ ਕਬੱਡੀ ਖਿਡਾਰੀ, ਚੋਲਾ ਸਾਹਿਬ ਦੀ ਟੀਮ, ਟੀਮਾਂ ਵੱਡੇ ਬਜਟ ਦੀਆਂ ਨੇ, ਦੁਨੀਆਂ ਦੇ ਸਟਾਰ ਤੇ ਸੁਪਰਸਟਾਰ ਖਿਡਾਰੀ ਇਹਦੇ ਨਾਲ ਲੈਸ ਟੀਮਾਂ ਅੱਜ ਕਮਾਲਪੁਰੇ ਦੀਆਂ ਖੇਡਾਂ ਦਾ ਸ਼ਿੰਗਾਰ ਬਣੀਆਂ ਹੋਈਆਂ ਨੇ। ਲਓ ਜੱਗਾ ਕਬੱਡੀ ਪਾਉਣ ਦੇ ਵਾਸਤੇ ਖੇ ਜਿਉਣਾ ਪਿੰਡ ਮੌੜਾਂ ਦਾ ਮੰਗਲ ਸੋਹਲੀ ਸੁੱਚਾ ਸਮਾਂ ਦਾ, ਤਿੰਨੋ ਮਰਦ ਸੂਰਮੇ ਸੀ ਗਏ ਮੁੱਲ ਮੋੜ ਰੱਖੇ ਹੋਏ ਨਾਂ ਦਾ, ਜੇ ਨਹੀਂ ਨਿਭਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ, ਚੰਡੇ ਹੋਏ ਕੰਮ ਦਿੰਦੇ ਨੇ ਚੇਲਾ ਖੁਰਪਾ ਤੇ ਖਿਡਾਰੀ, ਲਓ ਚੰਡੇ ਹੋਏ ਨੇ। ਲਓ ਪਾਲੇ ਨਾਲ ਫਿਰ ਮੁਕਾਬਲਾ, ਟੱਕਰਨ ਦੀ ਕੋਸ਼ਿਸ਼ ਕੀਤੀ ਯਾਰ, ਇੱਕ ਪਾਸੇ ਜੱਗਾ ਦੂਸਰੇ ਪਾਸੇ ਪਾਲਾ, ਬੱਲੇ ਬੱਲੇ ਹੁੰਦੀ ਹੋਈ ਖਿਡਾਰੀਆਂ ਦੇ ਵਾਓ ਪੈਣ ਪੈਣ। ਜੱਗਾ ਬਹੁਤ ਵਧੀਆ ਜਾਨਦਾਰ ਕਬੱਡੀ ਖਿਡਾਰੀ ਇੱਕ ਹੋਰ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ। ਰਵੀ ਦਿਓੜਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਮੈਦਾਨ ਦੇ ਵਿੱਚ ਵੱਧਦਾ ਹੋਇਆ ਖਿਡਾਰੀ, ਜਿਵੇਂ ਮੈਂ ਪਹਿਲਾਂ ਦੱਸਿਆ ਵੀ ਦਸਵੇਂ ਪਾਤਸ਼ਾਹ ਦਸਮ ਪਿਤਾ ਦੀ ਚਰਸ਼ੋ ਪ੍ਰਾਪਤ ਧਰਤੀ, ਐਨ ਲੱਗੀਆਂ ਹੋਈਆਂ ਰੌਣਕਾਂ, ਸੁੰਦਰ ਜਿਹਾ ਖੇਡ ਮੈਦਾਨ। ਲਓ ਕੌਂਕਿਆਂ ਵਾਲੀ ਚਾਰ ਮੱਲੇ ਪਰ ਬਣੇ ਕਬੱਡੀ ਖਿਡਾਰੀਆਂ ਦੇ ਵਿੱਚ ਰਵੀ ਇੱਕ ਹੋਰ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਲੱਖਾਂ ਜਿਹਾ ਚੋਲਾ ਸਾਹਿਬ ਦੀ ਟੀਮ ਦੇ ਲਈ। ਅਗਲੀ ਕਬੱਡੀ ਪਾਉਣ ਦੇ ਵਾਸਤੇ ਪੀਤਾ ਫਿਰ ਮੈਦਾਨ ਦੇ ਵਿੱਚ, ਕੈਮਰੇ ਵਾਲਾ ਵੀ ਆ ਗਿਆ ਵੀ ਮੁੰਡਾ ਤਾਂ ਕਮਾਲਾਂ ਹੀ ਕਰੀ ਜਾ ਰਿਹਾ, ਇਹਦੀ ਫੋਟੋ ਜ਼ਰੂਰ ਬਣਦੀ ਹੈ। ਆਪਾਂ ਸਾਰੇ ਮੀਡੀਆ ਦਾ ਇਲੈਕਟ੍ਰੋਨਿਕ ਦਾ
प्रिंट का सोशल मीडिया का मैं सारे जर्नलिस्ट का सारे कमेंटेटर का बहुत बहुत धन्यवाद करता हूं। अगली कबड्डी पाने के वास्ते पीता दौन वाला वादा हुआ कबड्डी खिलाड़ी कौन फिर ला पाऊगा जफा थले बल्ले हुई हाँ मेरी सर एक होर नंबर देखते भी कौंकियों के हिस्से एक होर अंक जुड़ता हुआ पांगर ते सुरखपुर अगला मैच खेडा जाऊगा ये दोवें टीमां बहुत जल्द तैयार होकर ग्राउंड के लागे आएंगी। लाओ अगली कबड्डी पाने के लिए मक्खन मक्खी वाला वादा हुआ कबड्डी खिलाड़ी पे रेड डबल टच का इशारा ते पॉइंट चोला साहब की टीम के हिस्से एक होर अंक जुड़ता हुआ सारी संगत जिन्हें भी इलाके भर तो कबड्डी के प्रेमी और जिन्हें भी 365 या पंजाबी लाइव टीवी जो जो कवरेज कर रहे हैं उन्होंने थ्रू जुड़े ने उन्होंने सारे का मैं कलगीधर स्पोर्ट्स क्लब कमालपुर वालों बहुत बहुत धन्यवाद करता पीता अगली कबड्डी पाने के वास्ते दौड़ वाला फिर बता हुआ खिलाड़ी यदा रंग संधूरी है ये गोरी चिट्टी है बैली ना करो मेरे पंजाब की मिट्टी हट गया मुंडा पिछे हुण देखांगे भी गल की वाह नेरी सभी नौजवान पीता बड़ा जानदार कबड्डी खिलाड़ी दौन वाला पिंड है नौजवान पीते का इलाके दे पिंड दे लोग भी पुजे हुए हल्ला शेरी दी जा रही है लाओ इधर पासे अगली रेड पाने लिए रवि देवड़ा मैदान दे विच वाधा होया कबड्डी खिलाड़ी कौंकियां दे मन्ने परवन्ने दे खिलाड़ियों की गल करिए बड़ी लंबी लिस्ट है बड़े खिलाड़ी दुनिया के जिन्हां ने बहजा बहजा कराने वाली गल की आपो अपने समय के बड़ा प्रसिद्ध पिंड रायकोट का खेड मेला मशहूर है कमालपुरे दी खेडां दुनिया के मशहूर ने मिनी ओलंपिक के तौर पर जिवें पूरे वाल खेडां मशहूर रही सो इना नाम है इना मेलियां दा इधर पासे पाले नाल जग्गे दा मुकाबला हुंदा होया है नहीं साबी पॉइंट 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 देखदे वी तावी दे हिस्से हुण तक मैच बराबर है एक बारी ताड़ियां मार दियो जोर तक हुण तक मैच अजे बराबर है किन्ने जितना इस समय ने फैसला करना है लाओ कबड्डी पाउण दे वास्ते मक्खन मक्खी वाला वधा होया कबड्डी खिलाड़ी कौंकियां वाले चारां दे विच उखड़ गए पैर मेरी सा कमाल हुंदी है पॉइंट पॉइंट हरदीप बहुत बढ़िया कमाल दी खेड अगली कबड्डी लै भी पीते अज मेला लुकण वाली गल करदा फिर देखदे वी तिखा जिहा कबड्डी खिलाड़ी रेड पाउण दे वास्ते वधा होया मैदान दे विच कौन टक्क लाऊगा इधर पासे हैप्पी वर्गे तैयार ने अर्श वर्गे बाजू भलवान वर्गे का चोला साहब आओ फण पैंट देखते भी कौंके के हिस्से एक होर अंक जुड़ता हुआ एक एक नंबर बड़ा कीमती बनया हुआ अगली कबड्डी पाउण दे वास्ते रवि द्यौड़े वाला मैदान दे विच रवि द्यौड़ा हरियाणे वाला हाँ बल्ले बल्ले कराने वाली गल करता है हाँ देख मैं भरमा जहा जुस्सा पई हुई कबड्डी ते कौन फिर कौंकियां वाला टकरण की कोशिश कर दूगा चार बन्ने परवन्ने जाफियां दे विच लागे वध के वध गई कैंची हाँ दे दूर हुंदे के लागे पाए पाए कौंकियां दी टीम दे हिस्से एक होर अंक जुड़दा होया एक एक नंबर बड़ा कीमती बनया होया मैच बड़ा फसमा है एक अद्धे नंबर दे नाल जित्ता हारा दे फैसले होणगे अमृत जीमी होना का भी धन्यवाद है बड़ी वड्डी जिम्मेवारी है अगला मैच भांगर ते सुरखपुर दीआं टीमां भी जल्दी आ जाण तैयार होके ग्राउंड दे विच जिहड़े शाम तक मैच खेडे जाणगे ओह बड़े दिलचस्प होणगे लाओ पीता दौण वाला अगली कबड्डी पाउण दे लई फिर मैदान दे विच वध गया खिडारी हो गई फिर बल्ले बल्ले फिर धूड़ उभरी होई मैच तकड़ा एक एक नंबर कीमती कौन फिर टकरण दी कोशिश करदा अर्श ते पीता देखदे वी हुंदी कमाल आ नंबर लई तां अपने आप ताड़ियां वजण वाली गल बणदी है वी मुंडा कदे सजे कौंकियां दे हिस्से दे विच एक होर नंबर जुड़ गया चल भी मक्खण सिया कहिंदा आओ भी सामने नौजवानो चार तैयारी दे विच ने योजनाबद्धी बनी होई रणनीति बनी होई मोमेंटम बनिया होया किहड़ा किहड़े अंदाज नाल फिर डक लऊगा आओ चार बन्ने पर बन्ने कबड्डी खिलाड़ियों पर हमला बोलेगा फड़िया गुट वज गई कैंची पाइंट मक्खन मक्खी वाला एक होर नंबर जोड़ दे विच कामयाब लै भी जगया सारा एरिया ऐन देख रहा है हुल्ले हुलारे ने कबड्डी दे प्रेमियां दे विच मेला वड्डा मेले दा नाम वड्डा है और दुनिया भर दे जिले में जुड़े हुए वीर अगली कबड्डी पाउण दे वास्ते फिर मैदान विच बल्ले बल्ले हुंदी पाला टकरण दी कोशिश करदा हर जो पासे हां इक जोर दे नाल कबड्डी 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 हाओ पाए पाए
तरन तारन दे एरिए दा जग्गा बैजा बैजा कराने वाली गल करता है, पर इधर हरियाणे वाले दी फिर कबड्डी मैदान दे अंदर पैंदी हुई, फिर देख रहे बैजा बैजा होने वाली गल। आओ मेरी सह कमाल करता है नौजवान पैर हर जो पासे 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 ही की ओर ने नाल तगड़ा 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 लगदा है जफा हुंदी बैजा 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 कबड्डी 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 आओ सलीम सलीम मन्या पर मन्या कबड्डी खिलाड़ी मैं भी सलीम ने भी बजा बजा कराने वाली गल करती एक और दे नाल देख लवे लगदा बहुत तगड़ा जिहा जफा ते नाल ही जित हरां दे फैसले चोला साहब दे चोला साहब दे अठ नंबर ने ते कौंकियां दे साढ़े चौदह नंबर ने अठ ते चौदह का अंकड़ा है शानदार ते जानदार कंपीटीशन दो टीमों के दरमियान अगला मैच